ਨਮਸਕਾਰ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ, ਮੈਂ ਹਰਕੇਸ਼ ਸਿੰਘ ਰਾਣਾ। ਜੇਕਰ ਤੁਹਾਡਾ ਬੱਚਾ 8ਵੀਂ ਅਤੇ 10ਵੀਂ ਦੇ ਵਿੱਚ ਪੜ੍ਹ ਰਿਹਾ ਹੈ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋਣ ਵਾਲੀ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ, ਕਿਉਂਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਦੇ ਲਈ ਪੰਜਾਬ ਦੇ 117 ਹਲਕਿਆਂ ਦੇ ਵਿੱਚ 117 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਜੋਂ ਚੁਣਿਆ ਗਿਆ ਹੈ, ਜਿਸ ਦੇ ਤਹਿਤ ਨੰਗਲ ਦੇ ਸਰਕਾਰੀ ਬੋਆਏ ਸਕੂਲ ਦੀ ਚੋਣ ਕੀਤੀ ਗਈ ਹੈ। ਸਕੂਲ ਆਫ ਐਮੀਨੈਂਸ ਦੇ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕਿੱਲਡ ਐਜੂਕੇਸ਼ਨ ਦਿੱਤੀ ਜਾਵੇਗੀ, ਜਿਸ ਦੇ ਲਈ ਦਾਖਲੇ ਰਜਿਸਟ੍ਰੇਸ਼ਨ 10 ਮਾਰਚ ਤੱਕ ਕੀਤੇ ਜਾਣਗੇ। ਤੇ ਆਓ ਵੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਬੋਆਏਜ਼ ਦੇ ਪ੍ਰਿੰਸੀਪਲ ਮੈਡਮ ਕਿਰਨ ਸ਼ਰਮਾ ਨੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਮੰਤਰੀ ਸਾਹਿਬ ਦੇ ਯਤਨਾਂ ਦਾ ਨਤੀਜਾ ਹੈ ਕਿ ਉਹਨਾਂ ਦੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਪ੍ਰਾਪਤ ਹੋਣ ਦਾ ਮਾਣ ਹਾਸਲ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਉਹਨਾਂ ਦੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਦੇ ਤੌਰ ਤੇ ਚੁਣਿਆ ਗਿਆ ਹੈ। ਇਸ ਸਕੂਲ ਦੇ ਵਿੱਚ ਦਾਖਲਾ ਲੈਣ ਦੇ ਲਈ ਇੱਕ ਟੈਸਟ ਦੇਣਾ ਪਵੇਗਾ। ਪੰਜਾਬ ਸਰਕਾਰ ਵੱਲੋਂ ਚੁਣੇ ਗਏ ਇਸ ਸਕੂਲ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਗਿਆਨ ਦੇ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਇਸ ਸਕੂਲ ਵਿੱਚ ਪੜ੍ਹ ਕੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚ ਖੇਡਾਂ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰੀਰਕ ਵਿਕਾਸ ਵੀ ਹੋਵੇਗਾ ਤੇ ਕੌਮਾਂਤਰੀ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਉਹਨਾਂ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਤਹਿਤ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕਿੱਲਡ ਐਜੂਕੇਸ਼ਨ ਦਿੱਤੀ ਜਾਵੇਗੀ, ਜਿਸ ਦਾ ਮਕਸਦ ਬੱਚਿਆਂ ਦੇ ਹੁਨਰ ਨੂੰ ਨਿਖਾਰਨਾ ਤੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਸਹਿਯੋਗ ਕਰਨਾ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਦੀ ਮਿਆਰ ਵਿਸ਼ਵ ਪੱਧਰੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਜਿਸ ਲਈ ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਆਇਜ਼ ਨੂੰ ਸਕੂਲ ਆਫ ਐਮੀਨੈਂਸ ਵਜੋਂ ਚੁਣਨਾ ਸਕੂਲ ਸਟਾਫ ਤੇ ਇਲਾਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਸਕੂਲ ਦੇ ਵਿੱਚ 9ਵੀਂ ਅਤੇ 11ਵੀਂ ਸ਼੍ਰੇਣੀ ਲਈ ਲੜਕੇ ਅਤੇ ਲੜਕੀਆਂ ਲਈ ਸਾਲ 2023 ਅਤੇ 24 ਲਈ ਦਾਖਲਾ ਸ਼ੁਰੂ ਹੋਵੇਗਾ। ਦਾਖਲਾ ਲੈਣ ਦੇ ਲਈ ਵਿਦਿਆਰਥੀਆਂ ਨੂੰ ਮਿਤੀ 19 ਮਾਰਚ 2023 ਨੂੰ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਦੇ ਵਿੱਚ ਯੋਗ ਹੋਣਾ ਜ਼ਰੂਰੀ ਹੋਵੇਗਾ, ਜਿਸ ਦੇ ਲਈ ਰਜਿਸਟ੍ਰੇਸ਼ਨ 21 ਫਰਵਰੀ ਤੋਂ 10 ਮਾਰਚ ਤੱਕ ਚੱਲ ਰਹੀ ਹੈ। ਇਹ ਰਜਿਸਟ੍ਰੇਸ਼ਨ ਪੰਜਾਬ ਸਕੂਲ ਆਫ ਐਜੂਕੇਸ਼ਨ ਦੀ ਵੈਬਸਾਈਟ ਤੇ ਜਾ ਕੇ ਕੀਤੀ ਜਾ ਸਕਦੀ ਹੈ। ਇਸ ਦੇ ਵਿੱਚ 75% ਸੀਟਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਲਈ ਅਤੇ 25% ਸੀਟਾਂ ਪ੍ਰਾਈਵੇਟ ਅਤੇ ਐਡਿਡ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਰਾਖਵੀਆਂ ਹਨ। ਇੱਥੇ ਵਿਦਿਆਰਥੀਆਂ ਦੇ ਲਈ JEE, NEET, NDA ਅਤੇ ਹੋਰ ਵਿਸ਼ੇਸ਼ ਕੋਚਿੰਗਾਂ ਮੁਫਤ ਦੇ ਵਿੱਚ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਖੇਡਾਂ, ਯੋਗ, ਡਾਂਸ, ਮਿਊਜ਼ਿਕ ਥੀਏਟਰ ਆਦਿ ਦੇ ਲਈ ਸਪੈਸ਼ਲ ਕੋਚ ਅਤੇ ਟ੍ਰੇਨਰ ਵੀ ਉਪਲਬਧ ਰਹਿਣਗੇ। ਤੇ ਆਓ ਫਿਰ ਸੁਣਦੇ ਹਾਂ ਪ੍ਰਿੰਸੀਪਲ ਮੈਡਮ ਤੋਂ ਕਿ ਆਖਿਰ ਕੀ ਸੁਵਿਧਾਵਾਂ ਇਸ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਮਿਲਣ ਜਾ ਰਹੀਆਂ ਹਨ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਮੈਂ ਕਿਰਨ ਸ਼ਰਮਾ, ਪ੍ਰਿੰਸੀਪਲ ਬੋਆਇਜ਼ ਸਕੂਲ ਨੰਗਲ। ਮਾਣ ਮਹਿਸੂਸ ਕਰਦੀਆਂ ਇਲਾਕਾ ਨਿਵਾਸੀਆਂ ਨੂੰ ਇਹ ਦੱਸਣ ਦੇ ਵਿੱਚ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਪੰਜਾਬ ਦੇ ਸੂਬੇ ਦੇ ਵਿੱਚ 117 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ ਹੈ। ਇਸੇ ਲੜੀ ਦੇ ਤਹਿਤ ਅਨੰਦਪੁਰ ਹਲਕੇ ਦੇ 2 ਸਕੂਲ ਜਿਹੜੇ ਆ ਸਕੂਲ ਆਫ ਐਮੀਨੈਂਸ ਬਣਾਏ ਗਏ ਆ, ਜਿਹਦੇ ਵਿੱਚ ਨੰਗਲ ਬੋਆਏ ਸਕੂਲ ਨੂੰ ਵੀ 1 ਰੱਖਿਆ ਗਿਆ ਹੈ। ਪੰਜਾਬ ਸਰਕਾਰ ਨੇ ਜਿਹੜੇ ਸਕੂਲ ਆਫ ਐਮੀਨੈਂਸ ਬਣਾਏ ਹੈ ਇਹਨਾਂ ਨੂੰ ਇੱਕ ਉੱਤਮ ਕੈਟਾਗਰੀ ਦੇ ਸਕੂਲਾਂ ਦੇ ਵਿੱਚ ਰੱਖਿਆ। ਇਹਦੇ ਵਿੱਚ 2023-24 ਦੇ ਲਈ ਸਰ ਐਡਮਿਸ਼ਨ ਦਾ ਪ੍ਰੋਸੈਸ ਸਟਾਰਟ ਹੋ ਚੁੱਕਿਆ। ਐਡਮਿਸ਼ਨ ਜਿਹੜੀ ਹੈ 9th ਔਰ 11th ਕਲਾਸ ਦੇ ਲਈ ਸਟਾਰਟ ਹੈ। ਪਹਿਲਾਂ ਇਹ ਬੋਆਏ ਸਕੂਲ ਸੀ, ਸਿਰਫ ਅਸੀਂ ਬੋਆਏਜ਼ ਦੀ ਐਡਮਿਸ਼ਨ ਕਰਦੇ ਸੀ, ਹੁਣ ਲੜਕੇ ਔਰ ਲੜਕੀਆਂ ਦੋਨਾਂ ਦੇ ਲਈ ਹੀ ਰਜਿਸਟ੍ਰੇਸ਼ਨ ਸਟਾਰਟ ਕਰ ਦਿੱਤੀ ਗਈ ਹੈ। ਹਾਂਜੀ ਸਰ, ਸਰਕਾਰ ਦਾ ਇੱਕ ਫੋਕਸ ਇਹ ਹੈ ਕਿ 9th ਔਨਵਰਡਸ ਬੱਚੇ ਨੂੰ ਜਿਹੜੀ ਹੈ ਕੋਚਿੰਗ ਦਿੱਤੀ ਜਾਏਗੀ। ਇਸ ਕੋਚਿੰਗ ਦੇ ਵਿੱਚ ਪ੍ਰੋਫੈਸ਼ਨਲ ਕੋਚਿੰਗ ਔਰ ਇਹਦੇ ਸਾਈਡ ਬਾਈ ਸਾਈਡ ਜਿਹੜੀ ਹੈਗੀ ਹੈ
ਸਪੋਰਟਸ ਦੀ ਕੋਚਿੰਗ ਵੀ ਦਿੱਤੀ ਜਾਏਗੀ। 9th ਤੋਂ 10th ਦੇ ਵਿੱਚ ਜਨਰਲ ਕੋਚਿੰਗ, 11th 12th ਦੇ ਵਿੱਚ ਬੱਚਾ ਜਿਹੜੀ ਸਟ੍ਰੀਮ ਓਪਟ ਕਰਦਾ ਹੈ ਉਸ ਸਟ੍ਰੀਮ ਦੇ ਅਕੋਰਡਿੰਗਲੀ ਬੱਚੇ ਨੂੰ ਜਿਹੜੀ ਹੈ ਕੋਚਿੰਗ ਹੈ। ਇਹਦੇ ਵਿੱਚ ਸਪੈਸ਼ਲੀ ਜਿਹੜੀ ਬੋਲੀ ਗਈ ਹੈ JEE ਦੀ ਕੋਚਿੰਗ, ਨੀਟ ਦੀ ਕੋਚਿੰਗ, NDA ਆਰਮਡ ਫੋਰਸਿਸ ਦੇ ਲਈ ਜਿਹੜੀ ਕੋਚਿੰਗ ਹੁੰਦੀ ਹੈ, ਲਾਇਰ ਬਣਨਾ ਹੈ ਬੱਚੇ ਨੇ ਉਹਦੇ ਲਈ ਕਲੈਟ ਦੀ ਕੋਚਿੰਗ, ਇਹ ਦਿੱਤੀਆਂ ਜਾਣਗੀਆਂ। ਇਨਫਰਾਸਟ੍ਰਕਚਰ ਦੇ ਵਿੱਚ ਜੋ ਸਾਨੂੰ ਲੈਟਰ ਡਿਪਾਰਟਮੈਂਟ ਵੱਲੋਂ ਆਈ ਉਹਦੇ ਵਿੱਚ ਫਰਨੀਚਰ ਚੇਂਜ ਕੀਤਾ ਜਾਏਗਾ, ਅਲਟਰਾ ਮਾਡਰਨ ਫਰਨੀਚਰ ਹੋਏਗਾ, ਵੈਲ ਇਕਵਿਪਡ ਲੈਬਸ ਹੋਣਗੀਆਂ। ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਇਸ ਸਕੂਲ ਦੇ ਵਿੱਚ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਬੱਚਿਆਂ ਦੇ ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਰਕਾਰ ਨੇ ਅਗਰ ਬਹੁਤ ਵਧੀਆ ਉਪਰਾਲਾ ਇਲਾਕੇ ਦੇ ਨਿਵਾਸੀਆਂ ਦੇ ਲਈ ਕੀਤਾ, ਮੈਂ ਪੇਰੈਂਟਸ ਨੂੰ ਜ਼ਰੂਰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਮੈਕਸੀਮਮ ਜਿਹੜੀ ਆ ਰਜਿਸਟਰਡ ਕਰਵਾਇਆ ਜਾਵੇ। 10 ਤਰੀਕ ਤੱਕ ਰਜਿਸਟ੍ਰੇਸ਼ਨ ਦਾ ਪੋਰਟਲ ਜਿਹੜਾ ਖੋਲ੍ਹਿਆ ਗਿਆ ਉਹਦੇ ਵਿੱਚ ਮੈਕਸੀਮਮ ਬੱਚਿਆਂ ਨੂੰ ਰਜਿਸਟਰਡ ਕਰਵਾਓ ਤਾਂ ਕਿ ਜਿਹੜਾ 19 ਮਾਰਚ ਨੂੰ ਐਗਜ਼ਾਮ ਹੋਣਾ ਹੈ, ਸਰਕਾਰ ਦੁਆਰਾ ਕੰਡਕਟ ਕੀਤਾ ਜਾਣਾ ਹੈ, ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚੇ ਅਪੀਅਰ ਹੋ ਪਾਉਣ। +1 ਦੇ ਵਿੱਚ ਸਰ ਸਾਇੰਸ ਸਟ੍ਰੀਮ ਹੈ, ਸਾਇੰਸ ਦੇ ਵਿੱਚ ਨੋਨ ਮੈਡੀਕਲ ਔਰ ਮੈਡੀਕਲ ਦੋਨੋਂ ਹੈ, ਕਾਮਰਸ ਹੈ ਔਰ ਹਿਊਮੈਨਿਟੀਜ਼ ਦਾ ਗਰੁੱਪ ਹੈ, ਇਹ ਸਟਾਰਟ ਕੀਤੇ ਜਾਣਗੇ। ਹਾਂਜੀ ਸਰ, ਬੋਲਿਆ ਗਿਆ ਸਪੋਰਟਸ ਦੇ ਲਈ ਕੋਚ ਹੋਣਗੇ, ਮੇਨ ਜਿਹੜੀਆਂ 3 ਇਵੈਂਟਸ ਹੈ ਜਿਹਦੇ ਵਿੱਚ ਉਹਨਾਂ ਫੋਕਸ ਕਰਨਾ, 3 ਕੋਈ ਗੇਮਸ ਹੋਣਗੀਆਂ ਜਿਹਦੇ ਲਈ ਸਪੈਸ਼ਲ ਕੋਚ ਪ੍ਰੋਵਾਈਡ ਕੀਤੇ ਜਾਣਗੇ। ਇਹ ਤੋਂ ਇਲਾਵਾ ਇਹ ਬੋਲਿਆ ਗਿਆ ਸਾਨੂੰ ਕਿ ਇੱਥੇ ਜਿਹੜਾ ਇਸ ਸਕੂਲ ਦੇ ਕੈਂਪਸ ਦੇ ਵਿੱਚ ਸਵਿਮਿੰਗ ਪੂਲ ਵੀ ਹੋਏਗਾ। ਸਰ ਬਹੁਤ ਵਧੀਆ ਉਪਰਾਲਾ ਹੈ, ਅਸੀਂ ਇੱਕ ਪੋਜ਼ਿਟਿਵ ਨੋਟ ਨਾਲ ਦੇਖਦੇ ਹਾਂ ਕਿ ਸਰਕਾਰ ਅਗਰ ਬੱਚਿਆਂ ਨੂੰ, ਅਗਰ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ, ਪ੍ਰੋਫੈਸ਼ਨਲ ਕੋਚਿੰਗ ਦਿੱਤੀ ਜਾਂਦੀ ਹੈ, ਇਹ ਬੱਚਿਆਂ ਦੇ ਲਈ ਬਹੁਤ ਬੜਾ ਪਲੱਸ ਪੁਆਇੰਟ ਹੈ। ਸਾਨੂੰ ਪੋਜ਼ਿਟਿਵ ਰਿਸਪੌਂਸ ਮਿਲਦਾ, ਅਸੀਂ ਪੈਂਫਲੇਟ ਵੀ ਪੇਪਰ ਦੇ ਵਿੱਚ ਦਿੱਤੇ ਹੈ, ਅਸੀਂ ਅਨਾਊਂਸਮੈਂਟ ਵੀ ਕਰਵਾ ਰਹੇ ਹਾਂ, ਅਸੀਂ ਖੁਦ ਵੀ ਸਕੂਲ ਦੀ, ਮੈਂ ਖੁਦ ਵੀ ਜਾ ਰਹੀ ਹਾਂ ਔਰ ਸਕੂਲ ਦੇ ਟੀਚਰਸ ਦੀ ਟੀਮ ਵੀ ਬਣਾਈ ਹੈ ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਇਸ ਚੀਜ਼ ਦੇ ਬਾਰੇ ਬੱਚਿਆਂ ਨੂੰ ਦੱਸਦੇ ਹਨ। ਹਾਂਜੀ ਸਰ, 75% ਸੀਟਸ ਜਿਹੜੀਆਂ ਉਹ ਸਰਕਾਰੀ ਸਕੂਲ ਦੇ ਬੱਚਿਆਂ ਲਈ ਹੈ, 25% ਸੀਟਸ ਜਿਹੜੀਆਂ ਉਹ ਪ੍ਰਾਈਵੇਟ ਸਕੂਲ ਦੇ ਬੱਚਿਆਂ ਲਈ ਹੋਣਗੀਆਂ। ਤੇ ਐਡਮਿਸ਼ਨ ਕਿਸ ਬੇਸ ਤੇ ਹੋਏਗੀ, ਮੈਰਿਟ ਬੇਸ ਤੇ ਹੋਏਗੀ? ਮੈਰਿਟ ਬੇਸ ਤੇ ਸਰ, ਐਡਮਿਸ਼ਨ ਮੈਰਿਟ ਬੇਸ ਤੇ ਹੋਏਗੀ। ਸਰ ਇਹ ਦੇਖਿਆ ਜਾਏਗਾ, ਪਹਿਲਾਂ ਟੈਸਟ ਹੋਏਗਾ, ਟੈਸਟ ਦੇ ਬੇਸ ਤੇ ਮੈਰਿਟ ਬਣੇਗੀ, ਉਸ ਹਿਸਾਬ ਦੇ ਨਾਲ ਅਸੀਂ ਇਨਟੇਕ ਦੇਖਾਂਗੇ ਕਿ ਕਿੰਨੇ ਬੱਚੇ ਇੱਥੇ ਐਡਮਿਸ਼ਨ ਲੈ ਪਾਉਣਗੇ। ਸਰ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਦੀ ਹਾਂ ਕਿ ਆਪਣੇ ਬੱਚੇ ਨੂੰ ਇੱਕ ਵਾਰ ਰਜਿਸਟਰਡ ਕਰਾਓ, ਬੱਚੇ ਟੈਸਟ ਦੇਣ, ਬੱਚੇ ਦਾ ਇੱਕ ਦਾ ਟੈਸਟ ਦੇਣ ਦੇ ਨਾਲ ਬੱਚੇ ਦਾ ਲੈਵਲ ਪਤਾ ਲੱਗਦਾ ਹੈ, ਅਗਰ ਬੱਚਾ ਉਸ ਟੈਸਟ ਨੂੰ ਕਰੈਕ ਕਰਦਾ ਹੈ, ਕਲੀਅਰ ਕਰਦਾ ਹੈ, ਤਾਂ ਤੁਸੀਂ ਬੱਚੇ ਦੀ ਐਡਮਿਸ਼ਨ ਲਈ ਕਰਵਾਓ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਨੰਗਲ ਦੇ ਵਿੱਚ ਅਮੋਲ ਕਾਲੀਆ ਪਾਰਕ ਦੇ ਲਾਗੇ ਆਰਕੇ ਹਸਪਤਾਲ ਦੇ ਵਿੱਚ 24 ਘੰਟੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਵਿੱਚ ਮੈਡੀਸਨ OPD, ਗਾਇਨੀ OPD, ਬੇ ਔਲਾਦ ਜੋੜਿਆਂ ਦੇ ਲਈ ਸ਼ਰਤੀਆ ਇਲਾਜ, ਨੋਰਮਲ ਅਤੇ ਸਿਜੇਰੀਅਨ ਡਿਲੀਵਰੀ ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬੀਨ ਦੇ ਮਾਧਿਅਮ ਨਾਲ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਹੈਲਥ ਕਾਰਡ ਵੀ ਇੱਥੇ ਚੱਲਦੇ ਹਨ। ਸਭ ਤੋਂ ਵੱਡੀ ਗੱਲ, ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਅਤੇ ਦਾਖਲੇ ਦੇ ਲਈ 0% ਇੰਟਰਸਟ ਰੇਟ ਉੱਤੇ ਲੋਨ ਵੀ ਉਪਲਬਧ ਕਰਵਾਇਆ ਜਾਂਦਾ ਹੈ। 24 ਘੰਟੇ ਦੀ ਸੁਵਿਧਾ ਦੇ ਨਾਲ ਹਸਪਤਾਲ ਦੇ ਵਿੱਚ ਹੀ ਫਾਰਮੇਸੀ ਅਤੇ ਲੈਬੋਰੇਟਰੀ ਵੀ ਮੌਜੂਦ ਹਨ।